ਬੀਤੇ ਦਿਨੀ ਹਾਲੇ ਪੰਜਾਬ ਰੋਡਵੇਜ਼ ਦੇ ਡਰਾਈਵਰਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਕੀਤੀ ਹੜਤਾਲ ਖਤਮ ਹੀ ਹੋਈ ਸੀ ਕਿ ਹੁਣ ਫਿਰ ਅਚਾਨਕ ਪੰਜਾਬ ਰੋਡਵੇਜ਼ ਦੇ ਕੱਚੇ ਤੌਰ ਤੇ ਭਰਤੀ ਡਰਾਈਵਰਾਂ ਤੇ ਕੰਡਕਟਰਾਂ ਨੇ ਅੰਮ੍ਰਿਤਸਰ 'ਚ ਏਅਰਪੋਰਟ ਰੋਡ ਦਾ ਚੱਕਾ ਜਾਮ ਕਰ ਦਿੱਤਾ। ਦਰਅਸਲ ਇਹਨਾਂ ਡਰਾਈਵਰਾਂ ਦਾ ਕਹਿਣਾ ਕਿ ਇੱਕ ਪਾਸੇ ਤਾਂ ਪੰਜਾਬ ਸਰਕਾਰ ਉਹਨਾਂ ਦੇ ਪੁਰਾਣੇ ਮੁਲਾਜ਼ਮਾਂ ਨੂੰ ਪੱਕਾ ਕਰਨ ਲਈ ਬੈਠਕਾਂ ਕਰ ਰਹੀ ਹੈ ਤੇ ਦੂਜੇ ਪਾਸੇ ਸਰਕਾਰ ਨੇ ਨਵੇਂ ਸਿਰਿਓਂ ਭਰਤੀ ਸ਼ੁਰੂ ਕਰ ਦਿੱਤੀ ਹੈ। ਇਹਨਾਂ ਪ੍ਰਦਰਸ਼ਨਕਾਰੀਆਂ ਦਾ ਕਹਿਣਾ ਹੈ ਕਿ ਜੇਕਰ ਸਮਾਂ ਰਹਿੰਦਿਆਂ ਉਹਨਾਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਮਜਬੂਰੀ ਵੱਸ ਸੰਘਰਸ਼ ਹੋਰ ਤੇਜ਼ ਕਰਨ ਲਈ ਮਜਬੂਰ ਹੋ ਜਾਣਗੇ। ਭਰਤੀ ਆ ਇਹ ਕੈਪਟਨ ਸਾਹਿਬ ਨੇ ਪਹਿਲੀ ਕੈਬਨਿਟ ਦੇ ਵਿੱਚ ਫੈਸਲਾ ਲਿਆ ਸੀ ਕਿ ਜਿਹੜੀ ਆਊਟਸੋਰਸਿੰਗ ਦੀ ਭਰਤੀ ਜਿਹੜੀ ਉਹ ਬਿਲਕੁਲ ਨਹੀਂ ਕੀਤੀ ਜਾਏਗੀ ਪੰਜਾਬ 'ਚ। ਅਤੇ ਜਦੋਂ ਵੀ ਸਾਡਾ ਸੰਘਰਸ਼ ਹੁੰਦਾ, ਬਾਅਦ 'ਚ ਟੇਬਲ ਟੋਕ ਮੀਟਿੰਗ ਹੁੰਦੀ ਆ ਕਿ ਅਫਸਰ ਨਾਲ ਜਾਂ ਸਾਡੀ ਮੰਤਰੀ ਨਾਲ, ਉਹ ਇਹ ਗੱਲ ਕਹਿੰਦੀ ਆ ਕਿ ਜਿਹੜੀ ਆਊਟਸੋਰਸਿੰਗ ਭਰਤੀ ਆ ਇਹ ਗੈਰ ਕਾਨੂੰਨੀ ਤਰੀਕੇ ਨਾਲ ਭਰਤੀ ਹੁੰਦੀ ਆ, ਇਹਨੂੰ ਅਸੀਂ ਕੋਈ ਰੈਗੂਲਰ ਨਹੀਂ ਕਰ ਸਕਦੇ, ਕੋਈ ਇਹ 'ਚ ਵਾਧਾ ਨਹੀਂ ਕਰ ਸਕਦੇ, ਕੋਈ ਸੈਲਰੀ ਨਹੀਂ ਵਧਾ ਸਕਦੇ। ਅਤੇ ਇਸ ਕਰਕੇ ਜੇ ਇਹ ਗੈਰ ਕਾਨੂੰਨੀ ਭਰਤੀ ਆ ਤਾਂ ਫਿਰ ਇਹਨੂੰ ਕਿਉਂ ਕੀਤਾ ਜਾ ਰਿਹਾ? ਸਾਡਾ ਇਹ ਆ ਕਿ ਇਹਨੂੰ ਜਿਹੜਾ ਪਹਿਲਾਂ 2007 ਤੋਂ ਜਿਹੜੇ ਵਰਕਰ ਸਾਡੇ ਕੰਮ ਕਰਦੇ ਆ ਉਹਨਾਂ ਨੂੰ ਵਿਚਾਰਿਆ ਜਾਏ, ਉਹ ਕੰਟਰੈਕਟ 'ਤੇ ਆ, ਉਹ ਆਊਟਸੋਰਸਿੰਗ 'ਤੇ ਕੰਮ ਕਰਦੇ ਆ, ਉਹਨਾਂ ਨੂੰ ਕੰਟਰੈਕਟ 'ਤੇ ਕੀਤਾ ਜਾਏ। ਅਤੇ ਜਿਹੜਾ ਸਾਡਾ ਉਹ 1200 ਮੁਲਾਜ਼ਮ ਹੈ ਜਿਹੜਾ ਬਿਨਾਂ ਵਜ੍ਹਾ ਤੋਂ ਨਿੱਕੀਆਂ ਨਿੱਕੀਆਂ ਕੰਡੀਸ਼ਨਾਂ ਲਾ ਕੇ ਉਹਨਾਂ ਨੂੰ ਬਾਹਰ ਆਊਟ ਕੀਤਾ ਕੱਢਿਆ ਗਿਆ, ਉਹਨਾਂ ਨੂੰ ਬਹਾਲ ਕੀਤਾ ਜਾਏ ਅਤੇ ਜਿਹੜੀ ਬਰਾਬਰ ਕੰਮ ਬਰਾਬਰ ਤਨਖਾਹ ਜਿਹੜੀ ਉਹ ਲਾਗੂ ਕੀਤੀ ਜਾਏ ਸੁਪਰੀਮ ਕੋਰਟ। ਏਸੀਪੀ ਦਾ ਕਹਿਣਾ ਹੈ ਕਿ ਮੌਕੇ ਤੇ ਇਨ੍ਹਾਂ ਪ੍ਰਦਰਸ਼ਨਕਾਰੀਆਂ ਦੀਆਂ ਸਮੱਸਿਆਵਾਂ ਸੁਣਨ ਲਈ ਪ੍ਰਸ਼ਾਸਨਿਕ ਅਧਿਕਾਰੀ ਪਹੁੰਚ ਰਹੇ ਨੇ। ਅੱਗ ਲਾਉਣ ਦੀ ਇਹਨਾਂ ਨੇ ਮੋਟਰ ਦਾ ਹੀ ਉਹਦੇ ਹਿਸਾਬ ਨਾਲ ਹੀ ਜਿਹੜੀ ਫੋਰਸ ਵੀ ਲਗਾਈ ਹੈ, ਫਾਇਰ ਬ੍ਰਿਗੇਡ ਵਗੈਰਾ ਮੰਗਵਾਈ ਹੈ, ਡਾਕਟਰਾਂ ਦੀ ਟੀਮ ਮੰਗਵਾਈ ਹੈ, ਉਹਨਾਂ ਨੂੰ ਕਰ ਰਹੇ ਹਾਂ ਕੋਈ ਪ੍ਰੋਟੈਸਟ ਜਿਹੜਾ ਉਹ ਕਰਨ ਪ੍ਰੋਬਲਮ ਹੈ। ਕੋਈ ਗੱਲਬਾਤ ਰਾਹੀਂ ਇਹਨਾਂ ਦਾ ਕੋਈ ਮਸਲਾ ਹੱਲ ਕਰਾਇਆ ਜਾ ਸਕਦਾ ਜੀ? ਹਾਂ, ਗੱਲਬਾਤ ਕਰਦੇ ਹਾਂ ਅਤੇ ਡਿਊਟੀ ਮਜਿਸਟਰੇਟ ਵੀ ਆ ਰਹੇ ਨੇ, ਇਹਨਾਂ ਨਾਲ ਕਰਦੇ ਹਾਂ ਗੱਲਬਾਤ। ਮੌਕੇ ਤੇ ਪਹੁੰਚੇ SDM ਦਾ ਕਹਿਣਾ ਕਿ ਇਹਨਾਂ ਵੱਲੋਂ ਦਿੱਤੇ ਗਏ ਮੰਗ ਪੱਤਰ ਨੂੰ ਸਰਕਾਰ ਤੱਕ ਪਹੁੰਚਾਇਆ ਜਾਵੇਗਾ ਤਾਂ ਜੋ ਇਹਨਾਂ ਦੀਆਂ ਮੰਗਾਂ ਦਾ ਹੱਲ ਹੋ ਸਕੇ। ਅੰਮ੍ਰਿਤਸਰ ਤੋਂ ਲਲਿਤ ਸ਼ਰਮਾ ਦੀ ਰਿਪੋਰਟ, ਡੇਲੀ ਪੋਸਟ ਪੰਜਾਬੀ। ਕੈਨੇਡਾ SDS ਪ੍ਰਣਾਲੀ ਦੇ ਅੰਦਰ 1 ਸਾਲ ਦੀ ਫੀਸ, 1 ਸਾਲ ਦੀ GIC ਅਤੇ IELTS ਵਿੱਚ 6 ਈਚ ਬੈਂਡ ਹੁਣ ਲਾਜ਼ਮੀ ਕਰ ਦਿੱਤੇ ਗਏ ਹਨ। ਸੋ ਜੇ ਤੁਸੀਂ ਸਪਟੈਂਬਰ SDS ਸਕੀਮ ਤਹਿਤ ਅਪਲਾਈ ਕਰਨਾ ਚਾਹੁੰਦੇ ਹੋ, ਅੱਜ ਹੀ ਕੰਟੈਕਟ ਕਰੋ 9253 9563।